ਸਿੰਘ ਸਤੰਦਰ ਵੱਲੋਂ ਪਿੰਡ ਡੁਗਰੀ ਦੇ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਆਗੂ ਸਤਵਿੰਦਰ ਸਿੰਘ ਚੁਤਾਲਾ, ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਟੀ ਨੇ ਪਹੁੰਚ ਕੇ ਕਿਸਾਨਾਂ ਮਜ਼ਦੂਰਾਂ ਦੱਸਿਆ ਕਿ ਸ਼ੰਭੂ ਬਾਰਡਰ ਤੇ ਲੱਗੇ ਧਰਨੇ ਤੇ 31 ਅਗਸਤ ਨੂੰ 200 ਦਿਨ ਪੂਰੇ ਹੋ ਰਹੇ ਨੇ ਅਤੇ ਉਹਨਾਂ ਨੇ 10 ਸਤੰਬਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੀ ਵਾਰੀ ਆਉਣ ਤੋਂ ਵੱਧ ਕਿਸਾਨਾਂ ਧਰਨੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਨਾਲ ਹੀ ਨਾਲ ਬਿਜਲੀ ਵਾਲੇ ਚਿੱਪ ਵਾਲੇ ਮੀਟਰ ਲਗਾਉਣ ਦਾ ਵੀ ਵਿਰੋਧ ਜਾਰੀ ਰੱਖਣ ਦੇ ਆਪਣੇ ਆਪਣੇ ਜਿਹੜਾ ਜ਼ੋਨ ਦੇ ਵਿੱਚ ਵੱਧ ਤੋਂ ਵੱਧ ਪਿੰਡਾਂ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਜ਼ਿਲ੍ਹਾ ਗੁਰਦਾਸਪੁਰ ਆ, ਜ਼ੋਨ ਤੇਜਾ ਸਿੰਘ ਸੁਤੰਤਰ ਜ਼ੋਨ ਆ, ਮਹਾਨ ਆਗੂ ਦਾ ਨਾਂ ਤੇ ਜ਼ੋਨ ਰੱਖਿਆ ਗਿਆ ਵਾ। ਅੱਜ ਬਹੁਤ ਭਰਵੀਂ ਮੀਟਿੰਗ ਆ ਇਸ ਜ਼ੋਨ ਦੇ ਵਿੱਚ ਹੋਈ ਆ, ਸਾਰੇ ਆਗੂ ਪਿੰਡਾਂ 'ਚੋਂ ਵੱਡੀ ਗਿਣਤੀ ਲੈ ਕੇ ਹਾਜ਼ਰ ਹੋਇਆ ਅਤੇ ਵਧਾਈ ਦੇ ਪਾਤਰ ਆ ਨਿਰਮਲ ਸਿੰਘ ਹੋਣੀ, ਪਰਮਜੀਤ ਹੋਣੀ, ਆਦੀਆਂ ਵਾਲੇ, ਇਹ ਬੀਬੀਆਂ ਲੈ ਕੇ ਆਏ ਅਤੇ ਨਾਲ 18-20 ਮਰਦ ਵੀ ਲੈ ਕੇ ਆਏ ਆ, ਵੱਡੀ ਗਿਣਤੀ ਇਹ ਮੀਟਿੰਗ ਦੇ ਵਿੱਚ ਲੈ ਕੇ ਆਏ ਆ। ਅੱਜ ਦੀ ਮੀਟਿੰਗ ਦਾ ਏਜੰਡਾ ਜਥੇਬੰਦਕ ਢਾਂਚਾ ਫੰਡ ਅਤੇ ਨਾਲ ਇਹ ਸ਼ੰਭੂ ਮੋਰਚੇ ਦੀ ਜਿਹੜੀ ਤਿਆਰੀ ਆ, 10 ਤਰੀਕ ਨੂੰ ਸ਼ੰਭੂ ਮੋਰਚੇ 'ਤੇ ਜਾਣਾ, ਵੱਡੀ ਗਿਣਤੀ ਦੇ ਵਿੱਚ ਜ਼ੋਨ ਦੇ ਵਿੱਚੋਂ ਸ਼ੰਭੂ ਮੋਰਚੇ 'ਤੇ ਜਾਣਗੇ 10 ਤਰੀਕ ਨੂੰ ਆਪਣੀ ਵਾਰੀ ਦੇ ਵਿੱਚ। 31 ਅਗਸਤ ਨੂੰ 200 ਦਿਨ ਹੋਣਾ ਪੂਰਾ, ਅਤੇ 200 ਦਿਨ ਦੇ ਉੱਤੇ ਵੀ ਜਿਹੜਾ ਵੀ ਕੋਟਾ ਇਹਨਾਂ ਨੂੰ ਲਾਵਾਂਗੇ, ਬੱਸ ਦਾ ਲਾਉਂਦੇ ਹਾਂ, ਕਿੱਦਾਂ ਲਾਉਂਦੇ ਹਾਂ, ਉਹ ਕੋਟਾ ਵੀ ਜਿਹੜਾ ਵਾ ਇੱਥੋਂ ਵੱਡਾ ਕੋਟਾ ਲੈ ਕੇ ਇਸ ਜ਼ੋਨ ਦੇ ਵਿੱਚ ਇਹ ਜਾਣਗੇ। ਖੁੱਲ੍ਹ ਕੇ ਗੱਲਬਾਤ ਹੋਈ ਇਹਨਾਂ ਦੀ, ਅੱਗੇ ਕੋਰ ਕਮੇਟੀ ਦੀ ਮੀਟਿੰਗ ਵੀ ਲੱਗੀ, ਉਹ ਤੋਂ ਬਾਅਦਾਂ ਵੀ ਇਹਨਾਂ ਕੋਰ ਕਮੇਟੀ ਦੀ ਜਥੇਬੰਦਕ ਢਾਂਚੇ ਨੂੰ ਠੀਕ ਕਰਨ 'ਤੇ ਮੀਟਿੰਗ ਲਾਈ ਆ, ਅਤੇ ਤਾਂ ਅੱਜ ਜ਼ੋਨ ਦੀ ਭਰਵੀਂ ਮੀਟਿੰਗ ਆ। ਇਹਨਾਂ ਨੂੰ ਨਾਲ ਹੀ ਕਿਹਾ ਗਿਆ ਵੀ ਪਿੰਡਾਂ ਦੀਆਂ ਮੀਟਿੰਗਾਂ ਵੀ, ਅਤੇ ਨਾਲ 15 ਦਿਨ ਜਿਹੜੀ ਪਿੰਡ ਵਾਲੀ ਮੀਟਿੰਗ ਲਾਉਣੀ ਆ, ਜਥੇਬੰਦਕ ਢਾਂਚਾ ਠੀਕ ਕਰਨਾ। ਅਤੇ ਉਹ ਲਾਓ ਬੀਬੀ ਮਨਜਿੰਦਰ ਕੌਰ ਡੁਗਰੀ, ਜਿਹੜੇ ਲਗਾਤਾਰ ਬੀਬੀਆਂ ਦੀ ਅਗਵਾਈ ਕਰਦੇ ਆ, ਉਹ ਵੀ ਸ਼ੰਭੂ ਮੋਰਚੇ 'ਤੇ ਅੱਗੇ ਵੀ ਰਹਿ ਕੇ ਆਇਆ ਅਤੇ ਹੁਣ ਵੀ ਬੀਬੀਆਂ ਨੂੰ ਲੈ ਕੇ ਸ਼ੰਭੂ ਮੋਰਚੇ 'ਤੇ ਜਾਣਗੇ। ਚੜ੍ਹਦੀ ਕਲਾ ਦੇ ਵਿੱਚ ਜ਼ੋਨ ਆ, ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜ਼ੋਨ ਬੁਲੰਦੀਆਂ ਨੂੰ ਛੂਗਾ ਅਤੇ ਸ਼ੰਭੂ ਮੋਰਚੇ ਦੇ ਉੱਤੇ ਇਹ ਪਹਿਲਾਂ ਪਾਊਗਾ। ਇਹ ਗੱਲਬਾਤ ਅੱਜ ਖੁੱਲ੍ਹ ਕੇ ਸਾਡੀ ਹੋਈ ਆ। ਧੰਨਵਾਦ ਜੀ।